ਉਹਦੀ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਤੋਂ 65 ਕਰੋੜ ਦੀ ਹੀਰੋਇਨ ਬਰਾਮਦ ਕੀਤੀ ਗਈ ਹੈ। ਸੂਚਨਾ ਦੇ ਹਵਾਲੇ ਤੋਂ ਖਬਰ, ਕੁਝ ਲੋਕਾਂ ਦੀ ਗ੍ਰਿਫਤਾਰੀ ਵੀ ਹੋਈ। BSF ਤੇ ਪੰਜਾਬ ਪੁਲਿਸ ਦਾ ਸਾਂਝਾ ਆਪਰੇਸ਼ਨ ਸਾਹਮਣੇ ਆਇਆ। 65 ਕਿਲੋ ਹੀਰੋਇਨ ਬਰਾਮਦ ਕੀਤੀ ਗਈ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ 'ਚੋਂ। ਸੂਚਨਾ ਦੇ ਹਵਾਲੇ ਤੋਂ ਖਬਰ, ਕੁਝ ਲੋਕਾਂ ਦੀ ਫਿਲਹਾਲ ਇਸ ਪੂਰੇ ਮਾਮਲੇ 'ਚ ਗ੍ਰਿਫਤਾਰੀ ਵੀ ਹੋਈ ਹੈ। 2 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। BSF ਤੇ ਪੰਜਾਬ ਪੁਲਿਸ ਦਾ ਸਾਂਝਾ ਆਪਰੇਸ਼ਨ। ਕੁਝ ਦਿਨ ਪਹਿਲਾਂ ਵੀ 7.5 ਕਿਲੋ ਹੀਰੋਇਨ ਬਰਾਮਦ ਹੋਈ ਸੀ ਅਤੇ ਅੱਜ 65 ਕਰੋੜ ਹੀਰੋਇਨ ਬਰਾਮਦ ਹੋਈ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਤੋਂ। ਕੁਝ ਲੋਕਾਂ ਦੀ ਇਸ ਪੂਰੇ ਮਾਮਲੇ 'ਚ ਗ੍ਰਿਫਤਾਰੀ ਵੀ ਹੋਈ। ਪੰਜਾਬ ਪੁਲਿਸ ਤੇ BSF ਦਾ ਸਾਂਝਾ ਆਪਰੇਸ਼ਨ। ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਤੋਂ 65 ਕਰੋੜ ਦੀ ਹੀਰੋਇਨ ਬਰਾਮਦ ਹੋਈ।